ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਟੱਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। ਫਿਰ ਮੇਰੇ ਇੱਕ ਚਾਚੇ ਦਾ ਮੁੰਡਾ ਸੀ, ਹਾਂਜੀ, ਨਸੁੱਲਾ ਉਹਦਾ ਨਾਂ ਸੀ, ਉਹ ਵਿਚਾਰਾ ਸਾਡੇ ਗੱਡੇ ਥੱਲੇ ਆ ਕੇ ਮਰ ਗਿਆ। ਸਾਡੇ ਗੱਡੇ ਥੱਲੇ ਉਹਦਾ ਦੱਸੋ ਥੋੜ੍ਹਾ ਜਿਹਾ। ਉਹ ਦੋਨੇ ਅਸੀਂ ਗੱਡੇ ਇਕੱਠਾ ਖਰੀਦਿਆ ਸੀ ਨਾ ਗੱਡਾ, ਉੱਥੋਂ ਸ਼ਹਿਰੋਂ ਖਰੀਦਿਆ ਜਾ ਕੇ ਹਰਿਆਣਿਓਂ, ਆਪਣੇ ਪਿੰਡੋਂ ਗੱਡਾ ਨਹੀਂ ਲੈ ਕੇ? ਨਹੀਂ ਨਹੀਂ, ਸਾਡੇ ਕੋਲ ਗੱਡਾ ਕੋਈ ਨਹੀਂ ਸੀ। ਅੱਛਾ, ਪਿੰਡ ਗੱਡੇ ਕੋਲ ਨਹੀਂ? ਇਹ ਉਹਨਾਂ ਨੂੰ ਰਿਕੁਐਸਟ ਕਰਨਾ ਜੀ। ਨਹੀਂ ਜੀ, ਇਨਸ਼ਾਅੱਲਾ ਕੋਸ਼ਿਸ਼ ਪੂਰੀ ਹੋਏਗੀ, ਤੁਹਾਡਾ ਪਿੰਡ ਤੁਹਾਨੂੰ ਵਿਖਾਇਆ ਜਾਵੇ, ਪਿੰਡ ਦਿਖਾਇਆ ਜੀ, ਘਰ ਦਿਖਾ। ਇੱਕ ਵਾਰੀ ਫਿਰ ਆਪਣਾ ਪਿੰਡ, ਜ਼ਿਲ੍ਹਾ, ਤਹਿਸੀਲ ਤੇ ਥਾਣਾ ਤੇ ਉਹਦਾ ਦੱਸ ਦਿਓ। ਹਰਿਆਣਾ ਤਹਿਸੀਲ ਆ ਜੀ, ਥਾਣਾ ਵੀ ਹਰਿਆਣਾ। ਹਾਂਜੀ, ਪਿੰਡ ਦਾ ਨਾਮ? ਪਿੰਡ ਨਾਮ ਬਲੀਦਾਦ ਖਾਨ। ਬਲੀਦਾਦ ਖਾਨ? ਹਾਂ, ਬਸੀ ਬਲੀਦਾਦ ਖਾਨ। ਬਸੀ ਬਲੀਦਾਦ ਖਾਨ। ਪਾਸਪੋਰਟ ਫਿਰ ਦਰਿਆ ਦੇ ਵਿੱਚ ਲਾਸ਼ਾਂ ਦੇਖੀਆਂ ਸੀ, ਖੂਨ ਵਹਿੰਦਾ ਦੇਖਿਆ। ਤੁਸੀਂ ਆਪ ਆਪਣੇ ਅੱਖੀ? ਆਪਣੀ ਅੱਖਾਂ ਨਾਲ ਖੂਨ ਵਗਦਾ ਸੀ, ਬੰਦੇ ਮਰੇ ਸੀ, ਸਿੱਖਾਂ ਨੇ ਮਾਰੇ ਸੀ, ਮੁਸਲਮਾਨ ਮਰੇ ਸੀ, ਮੁਸਲਮਾਨ ਮਰੇ ਸੀ। ਅਸਲਾਮ ਵਾਲੇਕਮ ਜੀ। ਵਾਲੇਕਮ ਅਸਲਾਮ ਜੀ, ਕੀ ਹਾਲ ਚਾਲ ਸਰ? ਬਸ ਜੀ, ਅੱਲਾ ਸ਼ੁਕਰੀਆ, ਸੁਣਾਓ? ਠੀਕ ਠਾਕ ਜੀ। ਹਾਂਜੀ ਬਜ਼ੁਰਗ, ਕੀ ਨਾਮ ਹੈ ਆਪਣਾ? ਮੁਹੰਮਦ ਅਕਰਮ ਖਾਨ। ਮੁਹੰਮਦ ਅਕਰਮ ਖਾਨ, ਅਤੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਸੀ? ਸੁਲਤਾਨ ਮੁਹੰਮਦ ਖਾਨ। ਸੁਲਤਾਨ ਮੁਹੰਮਦ ਖਾਨ, ਅਤੇ ਦਾਦਾ ਜੀ ਦਾ ਨਾਂ ਯਾਦ ਹੈ? ਅਤਾ ਮੁਹੰਮਦ ਖਾਨ। ਅਤਾ ਮੁਹੰਮਦ ਖਾਨ। ਪੜਦਾਦਾ ਸ਼ਹਿਬਾਜ਼ ਖਾਨ। ਮਾਸ਼ਾਅੱਲਾ ਜੀ, ਮਾਸ਼ਾਅੱਲਾ, ਸਾਰਿਆਂ ਦਾ ਤੁਹਾਨੂੰ ਤਾਂ ਪੂਰੀ ਜਾਣਕਾਰੀ ਹੈ। ਅਤੇ ਅੱਜ ਅਸੀਂ ਤੁਹਾਡੇ ਕੋਲ 47 ਦੇ ਵੇਲੇ ਦੀਆਂ ਗੱਲਾਂ ਪੁੱਛਾਂਗੇ, ਅਤੇ ਅਗਰ ਤੁਹਾਨੂੰ ਉਸ ਟਾਈਮ ਦੀਆਂ ਹੋਸ਼ ਸੀ ਆ ਜਿਹੜੀ ਵੀ ਹੋਣ ਗਈ, ਮੈਂ ਦੱਸਾਂ। ਹਾਂਜੀ, ਉਹ ਸਾਨੂੰ ਦੱਸਣਾ, ਕਿੰਨੀ ਉਮਰ ਸੀ ਤੁਹਾਡੀ 47 ਵੇਲੇ? 15 ਸਾਲ ਦੀ ਸੀ। 15 ਸਾਲ, ਕਿਹੜੀ ਕਲਾਸ 'ਚ ਪੜ੍ਹਦੇ ਸੀ? 6ਵੀਂ 'ਚ। ਅੱਛਾ, ਪੜ੍ਹਦੇ ਸੀ? 6ਵੀਂ ਪੜ੍ਹਦਾ। ਸਹੀ ਹੋ ਗਿਆ। ਸਾਨੂੰ ਆਪਣੇ ਪਿੰਡ ਦਾ ਨਾਂ ਦੱਸੋ ਉੱਥੋਂ ਦਾ। ਵਲੀਦਾਦ ਖਾਨ ਦੀ ਬਸੀ। ਵਲੀਦਾਦ ਖਾਨ ਦੀ ਬਸੀ? ਹਾਂ, ਬਸੀ ਵਲੀਦਾਦ ਖਾਨ, ਦਾਦੇ ਪੜਦਾਦੇ ਦੇ ਨਾਂ ਤੇ। ਅੱਛਾ, ਪੜਦਾ ਤੁਹਾਡੇ ਪੜਦਾਦੇ ਖਾਨ ਦੇ? ਹਾਂਜੀ। ਸ਼ਹਿਬਾਜ਼ ਖਾਨ ਦੇ ਬਾਪ ਦਾ ਨਾਂ ਸੀ ਵਲੀਦਾਦ ਖਾਨ। ਅੱਛਾ, ਉਹਨਾਂ ਦੇ ਨਾਂ 'ਤੇ ਸੀ ਪਿੰਡ? ਹਾਂਜੀ। ਸਹੀ ਹੋ ਗਿਆ। ਕਿੱਡਾ ਕੁ ਵੱਡਾ ਪਿੰਡ ਸੀ? ਕੋਈ 70-75 ਘਰ ਸੀ। ਸਾਰੇ ਪਠਾਣਾ ਦੇ? ਨਹੀਂ, ਹਾਂਜੀ, ਕੁਛ ਹਰਾਈ ਸੀ, 2-3 ਘਰ ਰਾਈਆਂ ਦੇ। ਹਾਂਜੀ। 8 ਘਰ ਜੁਲੈਣ ਦੇ। ਸਹੀ। 1 ਘਰ ਮੋਚੀਆਂ ਦਾ, ਬਾਕੀ ਸਾਰੇ ਪਠਾਣ ਸੀ। ਅਤੇ ਸਿੱਖਾਂ ਦੇ ਘਰ ਵੀ ਆਇਆ ਸੀ ਉਸ? ਸਿੱਖ ਦਾ ਕੋਈ ਘਰ ਨਹੀਂ ਸੀ। ਸਿੱਖ ਦਾ ਕੋਈ ਘਰ? ਨਾ ਹਿੰਦੂ ਨਾ ਸਿੱਖ, ਕੋਈ ਨਹੀਂ ਸੀ। ਉਹਦੇ ਨਾਲ ਕਿਹੜੇ ਕਿਹੜੇ ਪਿੰਡ ਸੀ? ਉਹਦੇ ਨਾਲ ਸੀ ਪਿੰਡ ਪਚਪਈਆਂ ਦੀ ਬਸੀ ਆ, ਇੱਕ ਪੰਜਾਂ ਭਾਈਆਂ ਦੇ ਨਾਂ, ਉਹਨੂੰ ਪਚਵਈਆਂ ਦੀ ਬਸੀ ਸਾਦੇ ਆ। ਪਚਵਈਆਂ ਬਸੀ ਦੇ ਨਾਂ ਸੀ ਤਾਜਪੁਰ, ਸਕੂਲ ਸੀ ਸਾਡਾ ਉੱਥੇ, ਅਸੀਂ ਉਸ ਪੜ੍ਹਦੇ ਰਹੇ ਹਾਂ। ਸਹੀ ਹੋ ਗਿਆ। ਅਤੇ ਹੋਰ ਕਿਹੜੇ ਕਿਹੜੇ ਨਾਲ ਪਿੰਡ ਸੀ ਜਿਹੜੇ ਯਾਦ? ਕਾਲੇ ਦੀ ਬਸੀ, ਟਾਂਡਾ, ਨਿਆਜ਼ੀਆਂ। ਸਹੀ ਸਹੀ। ਵੱਡਾ ਪਿੰਡ ਕਿਹੜਾ ਸੀ ਉਹਨਾਂ ਵਿੱਚੋਂ? ਹਾਂਜੀ, ਟਾਂਡਾ। ਟਾਂਡਾ ਸੀ। ਸਕੂਲ ਤੁਹਾਡਾ ਕਿੱਥੇ? ਤੁਹਾਡੇ ਪਿੰਡ ਦੇ ਵਿੱਚ ਸਕੂਲ ਸੀ? ਨਹੀਂ, ਪਿੰਡੋਂ 3-3 ਮੀਲ ਦੂਰ ਸੀ। 3.5 ਮੀਲ ਦੂਰ ਸੀ। ਤੁਰ ਕੇ ਜਾਂਦੇ ਸੀ? ਤੁਰ ਕੇ ਜਾਣਾ, ਰਾਤ ਵਿੱਚ ਚੋਹ ਬੜੇ ਆਉਂਦੇ ਸੀ। ਉਹ ਕੀ ਹੁੰਦਾ ਜੀ? ਉਹ ਹੁੰਦਾ ਰੇਤ, ਜਦੋਂ ਬਾਰਿਸ਼ਾਂ ਹੁੰਦੀਆਂ ਨਾ, ਉਹ ਦਰਿਆ ਦੀ ਤਰ੍ਹਾਂ ਪਾਣੀ ਵਗਣਾ, ਬੜਾ ਤੇਜ਼, ਉਹ ਰੇਤ ਪਾਣੀ ਖਤਮ ਹੋ ਜਾਣਾ, ਰੇਤ ਸਾਹਮਣੇ ਨਜ਼ਰ ਆ ਜੀ, ਪਾਣੀ ਠਹਿਰਦੇ ਨਹੀਂ ਸੀ ਹੁੰਦਾ। ਅੱਛਾ, ਉਹ ਜਗ੍ਹਾ 'ਤੇ ਪਾਣੀ ਠਹਿਰਦਾ ਸੀ, ਲੇਕਿਨ ਰੇਤ ਹੁੰਦੀ ਸੀ? ਰੇਤ ਹੁੰਦੀ ਸੀ। ਅੱਛਾ ਇਲਾਕਾ ਸੀ ਉਹ? ਬਹੁਤ ਅੱਛਾ ਇਲਾਕਾ, ਮਕਈ ਹੁੰਦੀ ਸੀ, ਗੰਨਾ ਹੁੰਦਾ ਸੀ ਉਸ ਜ਼ਮੀਨ 'ਚ, ਉਸ ਜ਼ਮੀਨ 'ਚ ਅੰਬ ਹੁੰਦੇ ਸਾਡੇ ਬਹੁਤ। ਤੁਹਾਡੇ ਬਜ਼ੁਰਗ ਵਾਹੀ ਕਰਦੇ ਸੀ, ਕੀ ਕਰਦੇ ਸੀ? ਵਾਲ ਸਾਹਿਬ ਮੇਰੇ ਨੌਕਰ ਸੀ। ਕਾਹਦੇ 'ਚ? ਆ ਪੁਲਿਸ 'ਚ। ਅੱਛਾ, ਪੁਲਿਸ 'ਚ ਉਸ ਵੇਲੇ, 47 ਤੋਂ ਪਹਿਲੇ? ਹਾਂਜੀ। ਠੀਕ ਹੋ ਗਿਆ। ਇਹ ਭਾਈ ਵਾਹੀ ਕਰਦਾ ਸੀ। ਠੀਕ ਹੋ ਗਿਆ। ਜ਼ਮੀਨ ਤੁਹਾਡੀ ਪਿੰਡ ਦੇ ਵਿੱਚ ਹੀ ਸੀ? ਪਿੰਡ ਦੇ ਵਿੱਚ ਹੀ। ਕਿ ਸਾਈਡ ਤੇ ਸੀ? ਨਹੀਂ ਨਹੀਂ ਨਹੀਂ, ਪਿੰਡ ਦੇ ਨਾਲ ਹੀ। ਪਿੰਡ ਦੇ ਨਾਲ ਹੀ? ਹਾਂਜੀ। ਆਪਣੇ ਖੂਹ ਵਗੈਰਾ ਤੁਸੀਂ ਵੇਖੇ ਸੀ? 2 ਖੂਹ ਸੀ ਜੀ। ਕੀ ਨਾਂ? ਇੱਕ ਖੂਹ ਜੁੜਿਆ ਸੀ, ਹਾਂਜੀ, ਇੱਕ ਲੂੰਬੜਿਆ ਵਾਲਾ ਖੂਹ ਮਸ਼ਹੂਰ ਸੀ, ਲੰਬੜਾ ਦਾ। ਲੰਬੜਾ ਦਾ? ਹਾਂ। ਕਿਹੜੀ ਸਾਈਡ ਤੇ ਸੀ? ਲੈਂਦੇ ਸੀ ਕਿ ਚੜ੍ਹਦੇ ਸੀ? ਲੈਂਦੇ। ਲੈਂਦੇ ਪਾਸੇ? ਅਤੇ ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ? ਇੱਕ ਮਸਜਿਦ ਸੀ। ਪਿੰਡ ਦੇ ਵਿੱਚ ਘਰ ਸੀ ਕਿ? ਪਿੰਡ ਦੇ ਵਿੱਚ ਘਰ ਸੀ। ਅਤੇ ਤੁਹਾਡਾ ਜਿਹੜਾ ਪਿੰਡ ਸੀ, ਹਾਂਜੀ, ਉਹਦੇ ਕੱਚੇ ਮਕਾਨ ਸੀ ਸਾਰੇ ਕਿ ਪੱਕੇ ਮਕਾਨ ਸੀ? ਸਾਡੇ ਪਿੰਡ ਦੇ ਅੱਧੇ ਮਕਾਨ ਕੱਚੇ ਸੀ, ਅੱਧੇ ਪੱਕੇ ਸੀ। ਸਾਡਾ ਮਕਾਨ ਜਿੱਥੇ ਰਹਿੰਦੇ ਸਾਂ ਅਸੀਂ, ਉਹ ਕੱਚਾ ਸੀ, ਅਤੇ ਉਹਦੇ ਸਾਹਮਣੇ ਬਿਲਕੁਲ ਜਿਸ ਤਰ੍ਹਾਂ ਲੰਬੜਾ ਦਾ ਮਕਾਨ ਹੈ, ਹਾਂਜੀ, ਅਸੀਂ ਪੱਕਾ ਬਣਾਇਆ ਸੀ, ਉਹ 'ਚ ਆਬਾਦੀ ਨਹੀਂ ਸੀ ਰੱਖੀ। ਜਦੋਂ ਹਿੰਦੁਸਤਾਨ ਪਾਕਿਸਤਾਨ ਬਣਿਆ, ਉਦੋਂ ਨਾਲ ਦੇ ਪਿੰਡ ਜਿਹੜੇ ਨਹੀਂ ਉੱਠ ਕੇ ਸਾਡੇ ਉਹਨਾਂ ਪੱਕੇ ਮਕਾਨਾਂ 'ਚ ਆਏ, ਅਸੀਂ ਸਾਡੀ ਕਿਸਮਤ 'ਚ ਨਹੀਂ ਹੋਇਆ। ਅੱਛਾ, ਤੁਸੀਂ ਉਹ ਤੁਹਾਡੇ ਵਾਲਦ ਸਾਹਿਬ ਨੇ ਬਣਾਇਆ? ਉਹ ਬਣਾਇਆ, ਜਾਣਾ ਸੀ ਉੱਥੇ। ਅੱਛਾ। ਲੇਕਿਨ ਉਹ ਫਿਰ ਮਹਾਜਰ ਲੋਕ ਆਉਣੇ ਸ਼ੁਰੂ ਹੋ ਗਏ, ਅਤੇ ਗੁਜਰ ਬਹੁਤ ਸੀ, ਬੱਕਰੀਆਂ ਇੱਜਾ ਲਾਏ,
ਉੱਥੇ ਰਹਿੰਦੇ ਰਹੇ ਤਾਂ ਬੱਕਰੀ ਰੋਜ਼ ਇੱਕ ਕਰ ਲੈਣੀ ਹਲਾਲ। ਨਵੇਂ ਮਕਾਨ ਤੁਸੀਂ ਨਹੀਂ ਰਹੇ? ਅਸੀਂ ਨਵੇਂ ਮਕਾਨ ਚ ਰਹੇ। ਕਿੰਨੇ ਕਮਰੇ ਸਨ ਕੋਈ ਯਾਦ ਹੈ ਤੁਹਾਨੂੰ? ਹਾਂ ਚਾਰ ਚਾਰ ਕਮਰੇ ਚਾਰ ਕਮਰੇ ਖੁੱਲ੍ਹਾ ਮਕਾਨ ਸੀ? ਖੁੱਲ੍ਹਾ ਮਕਾਨ ਸੀ। ਸਿੰਗਲ ਸਟੋਰੀ ਕਿ ਡਬਲ ਸਟੋਰੀ? ਨਹੀਂ ਸਿੰਗਲ ਸਿੰਗਲ ਸਟੋਰੀ ਸਿੰਗਲ। ਵੱਡੀ ਦੀਵਾਰ ਸੀ ਮੋਟੀ ਵਾਲੀ ਕਿ ਮੋਟੀ ਵਾਲੀ? ਨਹੀਂ 13 ਇੰਚੀ ਸਾਰੀ। 13 ਇੰਚੀ ਵਾਲੀ। ਤੁਹਾਡੇ ਪਿੰਡ ਦੇ ਜਿਹੜੇ ਸਕੂਲ ਜਾਂਦੇ ਸੀ, ਹਾਂਜੀ, ਉੱਥੋਂ ਦੇ ਟੀਚਰਾਂ ਦਾ ਨਾਮ ਪਤਾ? ਠਾਕਰ ਦਾਸ ਇੱਕ ਹੁੰਦਾ ਸੀ, ਹਾਂਜੀ, ਹੈਡ ਮਾਸਟਰ। ਸਹੀ। ਬਸ ਮੈਨੂੰ ਉਹਦੇ ਨਾਂ ਦਾ ਪਤਾ, ਸਾਡਾ ਹੈਡ ਮਾਸਟਰ ਹੁੰਦਾ ਸੀ। ਹੈਡ ਮਾਸਟਰ ਕਿਹੜੇ ਬੰਦੇ ਸਨ? ਬਹੁਤ ਅੱਛਾ ਆਦਮੀ ਸੀ। ਤੁਹਾਡੇ ਕਲਾਸ ਸਿੱਖ ਸੀ ਉਹ? ਅੱਛਾ ਸਿੱਖ ਸੀ। ਸਿੱਖ। ਤੁਹਾਡੇ ਨਾਲ ਦੇ ਜਿਹੜੇ ਕਲਾਸ ਫੈਲੋ ਸੀ ਲਾਲਦੀਨ, ਮੁਸਲਮਾਨਾਂ ਦੇ ਮੁੰਡੇ ਸੀ ਕਿ? ਮੁਸਲਮਾਨਾਂ ਦੇ ਮੁੰਡੇ। ਸਿੱਖਾਂ ਦੇ ਵੀ ਹੈ ਸੀ? ਸਿੱਖਾਂ ਦੇ ਵਿੱਚ ਹੈਗੇ ਸੀ, ਲੇਕਿਨ ਤਲਕ ਜਿਹੜਾ ਸਾਡਾ ਉਹਨਾਂ ਮੁਸਲਮਾਨਾਂ ਨਾਲ ਹੀ ਸੀ। ਉਹਨਾਂ ਦੇ ਨਾਂ ਯਾਦ? ਲਾਲਦੀਨ ਇੱਕ ਮੁੰਡਾ ਲਮੜਾ ਦਾ, ਉਹ ਮਰ ਗਿਆ ਵਿਚਾਰਾ, ਇੱਥੇ ਬੈਠਾ ਸਰਾਮੀ। ਸਹੀ ਸਹੀ ਸਹੀ। ਅਤੇ ਸਿੱਖਾਂ ਦੇ ਬੱਚਿਆਂ ਦੇ ਨਾਂ ਯਾਦ ਨੇ ਜਿਹੜੇ ਪੜ੍ਹਦੇ ਸੀ ਤੁਹਾਡੇ ਨਾਲ? ਸਿੱਖਾਂ ਦੇ ਬੱਚਿਆਂ ਦੇ ਨਾਂ ਨਹੀਂ ਮੈਨੂੰ ਕੋਈ ਯਾਦ ਨਹੀਂ। ਨਹੀਂ ਯਾਦ? ਠੀਕ ਹੋ ਗਿਆ। ਹੁਣ ਮੁੱਦਤਾਂ ਹੋ ਗਈਆਂ, ਅਰਸਾ ਹੋ ਗਿਆ ਜੀ, 72 ਸਾਲ ਹੋ ਗਏ। ਅੱਛਾ, ਪਿੰਡ ਜਦੋਂ ਤੁਸੀਂ ਹੁਣ ਮੈਨੂੰ ਥੋੜ੍ਹਾ ਜਿਹਾ ਦੱਸੋ, ਉਜਾੜਿਆਂ ਵੇਲੇ ਤੁਹਾਡੇ ਪਿੰਡ ਕਿੱਦਾਂ ਪਤਾ ਲੱਗਾ ਕਿ ਜੀ ਅਲੱਗ ਅਲੱਗ ਹੋ ਗਏ ਨੇ ਪਾਕਿਸਤਾਨ ਅਤੇ ਇੰਡੀਆ? ਸਾਡਾ ਪਿੰਡ ਜਿਹੜੀ ਮੁਸਲਮਾਨਾਂ ਦਾ ਪਿੰਡ ਸੀ, ਹਾਂਜੀ, ਨਾਲ ਸੀ ਸਿੱਖਾਂ ਦਾ ਪਿੰਡ। ਕਿਹੜਾ ਪਿੰਡ ਸੀ ਉਹ? 55 ਦੀ ਬਸੀ। 55 ਦੀ ਬਸੀ। ਹਾਂ, ਉਹਦੇ ਵਿੱਚ ਮੁਸਲਮਾਨ ਵੀ ਸੀ, ਸਿੱਖ ਬਹੁਤ ਸੀ। ਸਹੀ। ਉਹਨੇ ਸਿੱਖਾਂ ਨੇ ਜਦੋਂ ਸ਼ੋਰ ਮਚਾਉਣਾ ਸ਼ੁਰੂ ਕਰਤਾ ਨਾ, ਮਾਰ ਧਾੜ ਸ਼ੁਰੂ ਕਰ ਲਈ, ਲੁੱਟਣਾ ਕੁੱਟਣਾ, ਅਤੇ ਹਰਿਆਣੇ ਮੁਸਲਮਾਨਾਂ ਦਾ ਕੰਮ ਹਰਿਆਣੇ ਆਉਣਾ ਸ਼ੁਰੂ ਹੋ ਗਿਆ। ਹਰਿਆਣਾ ਤਹਿਸੀਲ ਵੀ ਆ, ਥਾਣਾ ਵੀ ਆ। ਤੁਹਾਡੀ ਤਹਿਸੀਲ ਕਿਹੜੀ ਸੀ? ਹਰਿਆਣਾ। ਅਤੇ ਥਾਣਾ ਵੀ ਹਰਿਆਣਾ? ਹਰਿਆਣੇ। ਅਤੇ ਜ਼ਿਲ੍ਹਾ ਕਿਹੜਾ ਸੀ? ਹੁਸ਼ਿਆਰਪੁਰ। ਅੱਛਾ, ਜ਼ਿਲ੍ਹਾ ਹੁਸ਼ਿਆਰਪੁਰ। ਹੁਸ਼ਿਆਰਪੁਰ। ਉੱਥੇ ਜਿਸ ਕੋਲ ਆਉਣਾ ਸ਼ੁਰੂ ਹੋ ਗਿਆ, ਅਤੇ ਜਨਾਬ ਸਾਡਾ ਮੁਸਲਮਾਨ ਪਿੰਡ, ਸਾਡੇ ਹਮਲਾ ਕੋਈ ਨਹੀਂ ਹੋਇਆ, ਲੇਕਿਨ ਚੌਕੀਦਾਰ ਮਤਲਬ 10-10 ਦੀਆਂ ਟੋਲੀਆਂ ਬਣ ਕੇ ਨਾ ਪਿੰਡ ਦੇ ਬਾਹਰ ਬਹਿਣਾ ਸ਼ੁਰੂ ਹੋ ਗਿਆ। ਉੱਥੋਂ ਫਿਰ ਮਜਬੂਰ ਹੋਏ, ਅਸੀਂ ਮੱਝਾਂ ਛੱਡੀਆਂ, ਹਾਂਜੀ, ਘੋੜੀ ਛੱਡੀ ਫਸਲਾਂ 'ਚ, ਸਹੀ ਸਹੀ, ਛੱਡ ਕੇ ਅਤੇ ਅਸੀਂ ਨਾਲ ਚਨੇ ਬਣਾਏ, ਚਨੇ 'ਤੇ ਥੈਲਾ ਇੱਕ ਬਣਾ ਕੇ ਅਤੇ ਹਰਿਆਣੇ ਆ ਗਏ। ਸਾਰੇ ਫੈਮਿਲੀ ਕਿ ਪੂਰਾ ਪਿੰਡ? ਫੈਮਿਲੀ ਨਹੀਂ, ਪੂਰਾ ਪਿੰਡ ਹੀ। ਅੱਛਾ, ਪੂਰਾ ਪਿੰਡ ਹੀ? ਪੂਰਾ ਪਿੰਡ ਹੀ। ਏਕਾ ਹੋ ਗਿਆ ਪੂਰੇ ਪਿੰਡ? ਹਾਂ, ਪੂਰੇ ਪਿੰਡ ਦਾ ਏਕਾ ਹੋ ਗਿਆ, ਕਿਉਂ ਉੱਥੇ ਕਈ ਮੁਸਲਮਾਨ ਪਿੰਡਾਂ ਦੇ ਉਸ ਇਕੱਠੇ ਹੋਏ ਸੀਗੇ। ਕਿਹੜੇ ਪਿੰਡ 'ਚ? ਹਰਿਆਣੇ। ਹਰਿਆਣੇ ਦੇ ਵਿੱਚ? ਹਰਿਆਣੇ, ਉਹ ਜੰਕਸ਼ਨ ਸੀ ਨਾ, ਹਾਂਜੀ, ਇੱਧਰ ਉੱਧਰ ਮੁਸਲਮਾਨ ਜਿੰਨੇ ਵੀ ਸੀ ਉਹ ਸਿਆਲ ਜਮ੍ਹਾਂ ਹੋ ਜਾਂਦੇ ਸੀ। ਅਤੇ ਜਿਹੜੇ ਸਿੱਖ ਸਨ ਨਾਲ ਦੇ ਪਿੰਡ, ਉਹ ਤੁਹਾਡੇ ਹਮਲਾ ਹੋਇਆ ਤੁਹਾਡੇ ਪਿੰਡ? ਨਹੀਂ, ਸਾਡੇ ਪਿੰਡ ਹਮਲਾ ਨਹੀਂ ਹੋਇਆ। ਆਏ ਵੀ ਨਹੀਂ ਉਹ? ਸਾਡੇ ਪਿੰਡ ਨਹੀਂ ਆਏ, ਸਾਡੇ ਪਿੰਡ ਮੁਸਲਮਾਨ ਦਾ ਟੋਟਲ ਪਿੰਡ ਸੀ, ਹਾਂਜੀ, ਆਏ ਨਹੀਂ। ਨਾਨੇ ਦਾ ਨਾਮ ਖਾਨ ਮੁਹੰਮਦ। ਉਸ ਲੜਕੇ ਦੇ ਹਾਂਜੀ। ਔਰ ਗੁਰਦਾਸਪੁਰ ਆ ਗਏ। ਗੁਰਦਾਸਪੁਰ ਫਿਰ ਦਰਿਆ ਦੇ ਵਿੱਚ ਲਾਸ਼ਾਂ ਦੇਖੀਆਂ ਅਸੀਂ, ਖੂਨ ਵਹਿੰਦਾ ਦੇਖਿਆ। ਤੁਸੀਂ ਆਪ ਆਪਣੀਆਂ ਅੱਖਾਂ ਨਾਲ? ਖੂਨ ਵਗਦਾ ਸੀ, ਬੰਦੇ ਮਰੇ ਸੀ, ਸਿੱਖਾਂ ਨੇ ਮਾਰੇ ਸੀ, ਮੁਸਲਮਾਨ ਮਰੇ ਸੀ, ਮੁਸਲਮਾਨ ਮਰੇ ਸੀ। ਇੱਕ ਕੰਮ ਸੀ ਕਿ ਇਕੱਲੇ ਮਰਦ ਹੀ ਮਰੇ ਸੀ? ਨਹੀਂ, ਔਰਤਾਂ ਮਰ ਸਭ ਕੁਝ। ਅੱਛਾ, ਔਰਤਾਂ? ਹਾਂ, ਮਿਕਸ। ਫਿਰ ਮੇਰੇ ਇੱਕ ਚਾਚੇ ਦਾ ਮੁੰਡਾ ਸੀ, ਹਾਂਜੀ, ਨਸਰੁੱਲਾ ਉਹਦਾ ਨਾਂ ਸੀ, ਉਹ ਵਿਚਾਰਾ ਸਾਡੇ ਗੱਡੇ ਥੱਲੇ ਆ ਕੇ ਮਰ ਗਿਆ। ਤੁਹਾਡੇ ਗੱਡੇ ਥੱਲੇ ਆ? ਸਾਡੇ ਗੱਡੇ ਥੱਲੇ। ਉਹਦਾ ਦੱਸੋ ਥੋੜਾ ਜਿਹਾ। ਉਹ ਦੋਨੇ ਅਸੀਂ ਗੱਡੇ ਇਕੱਠਾ ਖਰੀਦਿਆ ਸੀ ਨਾ, ਗੱਡਾ ਉੱਥੋਂ ਸ਼ਹਿਰੋਂ ਖਰੀਦਿਆ ਜਾ ਕੇ ਹਰਿਆਣਿਓਂ? ਆਪਣੇ ਪਿੰਡੋਂ ਗੱਡਾ ਨਹੀਂ ਲੈ ਕੇ? ਨਹੀਂ ਨਹੀਂ, ਸਾਡੇ ਕੋਲ ਗੱਡਾ ਕੋਈ ਨਹੀਂ ਸੀ। ਅੱਛਾ, ਪਿੰਡ ਗੱਡਾ ਕੋਈ ਨਹੀਂ ਸੀ? ਪਿੰਡ ਗੱਡਾ ਕੋਈ ਨਹੀਂ ਸੀ, ਅਸੀਂ ਤਾਂ ਆਪਣੇ ਡੰਗਰ ਉੱਥੇ ਛੱਡਿਆ ਨਾ, ਸਭ ਕੁਝ ਛੱਡਿਆ। ਅੱਛਾ, ਉੱਥੇ ਛੱਡਿਆ? ਅਤੇ ਉਸ ਵਕਤ ਮਜਬੂਰ ਨੇ ਲੈਣੇ ਪਏ। ਇੱਕ ਦਫ਼ਾ ਦੁਬਾਰਾ ਅਸੀਂ ਗਏ, 3 ਦਿਨ ਤੋਂ ਬਾਅਦ ਪਿੰਡ ਹਾਂਜੀ, ਇੱਕ ਦੋ ਮਿਲ ਕੇ ਜਾਂਦੇ ਹੁੰਦੇ ਸੀ, ਦੇਖਿਆ ਕਿ ਡੰਗਰ ਜਿਹੜੇ ਛੱਪਰ ਹੁੰਦੇ ਸਾਡੇ, ਡੰਗਰ ਜਿੱਥੇ ਬੰਨੇ, ਨਹੀਂ ਜਿੱਥੇ ਡੰਗਰ ਬੰਨਦੇ ਉਹ ਛੱਪਰ ਹੀ ਹੁੰਦਾ ਸੀ, ਇਸ ਤਰ੍ਹਾਂ ਟੇਪਰ। ਅੱਛਾ ਅੱਛਾ। ਉਹ ਡੰਗਰ ਉਸੇ ਫੇਰ ਆਖ ਲਿਓ ਸੀ, ਛਾਂ ਵਾਸਤੇ ਬਣਾਇਆ ਸੀ, ਜਿਹੜਾ ਛਾਂ ਵਾਸਤੇ ਬਣਾਇਆ ਸੀ।
ਉਹਨਾਂ ਨੂੰ ਉੱਥੇ ਫਸਲਾਂ 'ਚ ਨਹੀਂ ਗਏ ਉੱਥੇ ਫੜੇ ਤੁਹਾਡੇ ਡੰਗਰ ਜਿਹੜਾ ਸੀ ਛੇ ਸਾਢੇ ਪਿੰਡ ਕੀ ਲੈਣ ਜਾਂਦੇ ਸੀ ਉੱਥੇ ਚਨੇ ਬਣਾਉਣ ਅੱਛਾ ਚਨੇ ਬਣਾ ਉੱਥੇ ਹੈਗੇ ਸੀ ਘਰ ਹਲੇ ਮੈਂ ਕਹਿੰਦਾ ਜੀ ਚਨੇ ਬਣਾਉਣ ਦਾ ਤਾਂ ਇਹ ਤਰੀਕਾ ਸੀਗਾ ਉੱਥੇ ਪੱਠੀਆਂ ਸੀ ਨਾ ਹਾਂਜੀ ਅਤੇ ਆਪਣੇ ਚਨੇ ਲੈ ਜਾਂਦੇ ਆਪੇ ਭਰਾ ਭਰੂ ਕੇ ਲੈ ਆਉਣੇ ਹੁਣ ਕੈਂਪ 'ਚ ਤਾਂ ਕੁਝ ਨਹੀਂ ਸੀ ਹੁੰਦਾ ਹਰਿਆਣਾ ਕਿੰਨੇ ਕਿਲੋਮੀਟਰ ਸੀ ਤੁਹਾਡੇ ਪਿੰਡੋਂ ਉਹ ਇੱਥੇ ਸਾਢੇ ਚਾਰ ਕਿਲੋਮੀਟਰ ਚਾਰ ਕਿਲੋਮੀਟਰ ਪੂਰਾ ਸੀ ਪੈਦਲ ਹੀ ਆ ਜਾਂਦੇ ਹੋ ਪੈਦਲ ਹੀ ਆਉਣਾ ਪੈਦਲ ਹੀ ਜਾਣਾ ਸਹੀ ਹੋ ਗਿਆ ਤੇ ਤੁਹਾਡੇ ਪਿੰਡ ਚਮਾੜਾ ਦੇ ਘਰ ਵੀ ਆ ਸਰ ਇੱਕ ਘਰ ਚਮਾੜਾ ਦਾ ਉਹਨਾਂ ਦੇ ਨਾਲ ਕੋਈ ਯਾਰ ਨਾ ਨਹੀਂ ਹੈ ਯਾਰ ਇੱਕ ਘਰ ਚਮਾੜਾ ਜਿਸ ਦੀਆਂ ਗਣ ਦਿੰਦੇ ਸੀ ਚਰੇ ਕੋ ਡੰਗਰ ਮਰ ਗਿਆ ਸੀ ਉਹ ਜਦੋਂ ਦਰਿਆ ਦੇ ਕੋਲ ਆਏ ਹਾਂਜੀ ਲਾਸ਼ਾਂ ਦੇਖੀਆਂ ਹਾਂਜੀ ਤੁਹਾਡਾ ਜਿਹੜਾ ਕਜ਼ਨ ਸੀ ਉਹ ਕਿੱਥੇ ਕੋ ਆਇਆ ਉਹ ਉਸ ਪਹਿਲੇ ਮਰ ਗਿਆ ਸੀ ਕਿੱਥੇ ਹੁਸ਼ਿਆਰਪੁਰ ਦੇ ਪਹੁੰਚੇ ਨਹੀਂ ਸੀਗੇ ਜਲੰਧਰ ਤੋਂ ਪਹਿਲੇ ਹੀ ਮਰ ਗਿਆ ਸੀ ਆਪਣੀਆਂ ਨਫਸਾਂ ਨਫਸੀ ਪਈ ਸੀ ਬਸ ਉਹ ਡਿੱਗਿਆ ਗੱਡੇ ਥੱਲੇ ਉੱਥੇ ਮਰ ਗਿਆ ਫਿਰ ਤੁਸੀਂ ਦਰਿਆ ਕਿੱਦਾਂ ਪਾਰ ਕੀਤਾ ਜੀ ਦਰਿਆ ਜੀ ਗੱਡੇ ਨਾਲ ਹੀ ਕੈਂਪਾਂ ਨਾਲ ਹੀ ਹਾਂ ਲਾਹੌਰ ਉੱਥੇ ਫਿਰ ਲਾਹੌਰ ਹੀ ਆਏ ਅਸੀਂ ਲਾਹੌਰ ਆ ਗਏ ਸੀ ਤੁਹਾਡਾ ਜਿਹੜਾ ਪੂਰਾ ਪਿੰਡ ਸੀ ਹਾਂਜੀ ਨਹੀਂ ਉਹ ਬਿਖਰ ਗਿਆ ਸੀ ਕਿੱਥੇ ਕਿੱਥੇ ਬੈਠਾ ਆ ਗਿਆ ਸਰਾਮਾ 'ਚ ਹਾਂਜੀ ਫੈਸਲਾਬਾਦ ਹਾਂ ਸਰਗੋਦੇ ਬਸ ਇਸੇ ਬੈਠੇ ਸੀ ਫੈਸਲਾਬਾਦ ਜ਼ਿਆਦਾ ਫੈਸਲਾਬਾਦ ਜ਼ਿਆਦਾ ਸੀ ਹੋਰ ਤੁਹਾਨੂੰ ਆਪਣੇ ਬਚਪਨ ਦੀ ਕੋਈ ਗੱਲਬਾਤ ਯਾਦ ਹੈ ਬਚਪਨ ਦੀ ਗੱਲ ਯਾਦ ਹੈ ਜੀ ਦੱਸੋ ਜੀ ਹਰਿਆਣੇ ਉਸ ਸਕੂਲੋਂ ਆ ਰਹੇ ਸਾਂ ਹਾਂਜੀ ਕੁੱਤੀ ਬੜੀ ਪਿਆਰੀ ਹਾਂਜੀ ਉਹ ਮੈਂ ਜਨਾਬ ਅਲੀ ਚੁੱਕ ਲਈ ਉੱਥੋਂ ਰਸਤੇ 'ਚੋਂ ਰਸਤੇ 'ਚੋਂ ਕਿਹੜੀ ਨਸਲ ਦੀ ਸੀ ਆਪਣੀ ਪਨੀਅਰ ਉਹ ਲੰਬੇ ਕੰਨਾਂ ਵਾਲੀਆਂ ਉਹ ਜਨਾਬ ਅਲੀ ਮੈਂ ਘਰ ਲੈ ਆਇਆ ਵਾ ਕਿਸੇ ਅਮੀਰ ਕਰਦੀ ਸੀ ਹਾਂਜੀ ਉਹ ਮੈਂ ਚੁੱਕ ਲੈ ਗਿਆ ਸਹੀ ਸਹੀ ਉਹ ਗਿੱਜ ਗਈ ਉਹ ਨਜਰਾਂ ਵਾਲੀ ਬਿਸਤਰ 'ਤੇ ਸੋਣਾ ਉਹ ਸੂਣ ਵਾਲੀ ਸੀਗੀ ਪੰਜ ਸੂਪੇ ਚਰਪਾਈ 'ਤੇ ਚਰਪਾਈ 'ਤੇ ਸੂਪੇ ਘਰਦਿਆਂ ਨੇ ਫਿਰ ਕੁੱਟਿਆ ਮੈਨੂੰ ਅਤੇ ਮੰਜੇ ਜਨਾਬ ਚੁੱਕ ਇੱਕ ਪਾਸੇ ਕੀਤੀ ਮੈਨੂੰ ਨਵਾਇਆ ਧੁਆਇਆ ਅਤੇ ਕੱਪੜੇ ਪਹਿਣ ਆਏ ਤੁਹਾਡੇ ਮੇਰੇ ਨਾਲ ਹੀ ਰਹਿੰਦੀ ਹੁੰਦੀ ਸੀ ਹਾਂ ਨਹੀਂ ਨਹੀਂ ਰਹੀ ਕੋਲ ਹੀ ਰਹੀ ਆ ਹਾਂ ਆਖਿਰ ਤੱਕ ਕੋਲ ਰਹੀ ਆ ਦਿੱਤੀ ਨਹੀਂ ਕਿਸੇ ਨੇ ਸਿਰ ਹੁੰਦੇ ਬਣਾਏ ਇਸ ਤਰ੍ਹਾਂ ਦੇ ਹਿੰਦੂਆਂ ਦਾ ਮੇਲਾ ਹੁੰਦਾ ਹਿੰਦੂਆਂ ਦਾ ਮੇਲਾ ਉਹ ਲੱਗਦਾ ਹੁੰਦਾ ਅਸੀਂ ਆਪਣੇ ਜ਼ਮਾਨਾ ਜੀ ਤੁਸੀਂ ਦਵਣੀ ਨੇ ਦੇਖੀ ਇੱਕ ਦਵਣੀ ਹੁੰਦੀ ਸੀ ਇੱਕ ਧੇਲਾ ਹੁੰਦਾ ਸੀ ਇੱਕ ਆਨਾ ਹੁੰਦਾ ਸੀ ਇਹ ਰਕਮ ਹੁੰਦੀ ਸੀ ਅਤੇ ਸਾਨੂੰ ਚਾਰ ਆਨੇ ਮਿਲਦੇ ਹੁੰਦੇ ਸੀ ਮੇਲੇ 'ਚ ਮੇਲੇ ਵਾਸਤੇ ਅਸੀਂ ਮੇਲਾ ਦੇਖਣਾ ਤਾਂ ਆਨਾ ਫਿਰ ਮੋੜ ਕੇ ਲੈ ਆਉਣਾ ਇੰਨੇ ਕੁ ਪੈਸੇ ਹੁੰਦੇ ਸੀ ਏਡਾ ਮੇਲਾ ਵੇਖਿਆ ਜਾਂਦਾ ਸੀ ਹਾਂਜੀ ਬਹੁਤ ਦੇਖਿਆ ਜਾਂਦਾ ਸੀ ਪੈਸੇ ਕਦਰ ਬਹੁਤ ਸੀ ਇੱਕ ਰੁਪਏ ਨਾਲ ਬੰਦਾ ਰੱਜ ਕੇ ਉੱਠਦਾ ਸੀ ਉਦੋਂ ਦੀ ਦੱਸੋ ਉਦੋਂ ਦੀਆਂ ਮੱਝਾਂ ਗਾਵਾਂ ਦਾ ਕੀ ਰੇਟ ਹੁੰਦਾ ਸੀ ਸਾਨੂੰ ਥੋੜ੍ਹਾ ਜਿਹਾ ਉਹ ਵੀ ਗਾਣੇ ਪਤਾ ਹੋਵੇ ਮੱਝਾਂ ਦਾ ਰੇਟ ਕੀ ਪੁੱਛਦੇ ਸੀ ਅੱਜ ਕੱਲ੍ਹ ਤਾਂ ਲੱਖ ਰੁਪਏ ਦੀ ਫੰਡਰ ਝੋਟੀ ਆਉਂਦੀ ਜਿਹੜੀ ਲੱਖ ਰੁਪਏ ਦੀ ਫੰਡਰ ਝੋਟੀ ਆਉਂਦੀ ਹੈ ਜੀ ਉਹ 8-9 ਰੁਪਏ ਦੀ ਫੰਡਰ ਆਉਂਦੀ ਆ ਉਦੋਂ ਅਤੇ ਸੂਣ ਵਾਲੀ ਜਿਹੜੀ ਤਿਆਰ ਹੁੰਦੀ ਸੀ ਜਿਹੜੀ ਸੂਣ ਵਾਲੀ ਤਿਆਰ ਹੁੰਦੀ ਸੀ ਉਹ 20 ਦੀ ਗੱਲ ਕਰਦੇ ਸੀ 3-20 4-20 ਢਾਈਆਂ 20 ਦੀ ਵੀ ਆਉਂਦੀ ਸੀ ਤੁਹਾਨੂੰ ਯਾਦ ਹੈ ਤੁਸੀਂ ਗੱਡਾ ਕਿੰਨੇ ਦਾ ਖਰੀਦਿਆ 2,500 ਦਾ 2,500 ਨਹੀਂ 250 ਦਾ 250 ਦੇ ਨਾਲ ਟੱਗੇ ਵੀ ਲਾ ਲਈ ਨਾਲ ਟੱਗੇ ਦੋ ਟੱਗੇ ਵੀ ਦੋ ਬੜੂ ਵਾਲੇ ਸਿੰਘਾਂ ਵਾਲੇ ਅੱਛਾ 250 ਦਾ ਉਹ ਤੁਸੀਂ ਫਿਰ ਰੱਖੇ ਇੱਥੇ ਲਿਆ ਕੇ ਨਹੀਂ ਉਹ ਫਿਰ ਜਦੋਂ ਅਸੀਂ ਲਾਹੌਰ ਪਹੁੰਚ ਗਏ ਹਾਂਜੀ ਉਹ ਵੇਚ ਦਿੱਤੇ ਅੱਛਾ ਇੱਥੇ ਆ ਕੇ ਵੇਚ ਦਿੱਤੇ ਹਾਂ ਸਹੀ ਹੋ ਗਿਆ ਹੁਣ ਕਦੀ ਦਿਲ ਕੀਤਾ ਆਪਣਾ ਪਿੰਡ ਪੁਰਾਣਾ ਵੇਖਣ ਨੂੰ ਬਹੁਤ ਕਰਦਾ ਬਹੁਤ ਕਰਦਾ ਬਹੁਤ ਕਰਦਾ ਲੇਕਿਨ ਮਜਬੂਰ ਇਸ ਵਾਸਤੇ ਨਹੀਂ ਹੁੰਦਾ ਸਾਡਾ ਵਕਫ 'ਚ ਕੋਈ ਨਹੀਂ ਉੱਥੇ ਆਉਣਾ ਪੂਰਾ ਮੁਸਲਮਾਨ ਦਾ ਪਿੰਡ ਸੀ ਸਾਰੇ ਚੱਲ ਗਏ ਹੁਣ ਕਿਹਦੇ ਕੋਲ ਜਾਈਏ ਦਿਲ ਬੜਾ ਕਰਦਾ ਤੁਸੀਂ ਇੱਕ ਸਕੂਲ ਦੇ ਵਿੱਚ ਪੜ੍ਹੇ ਦੋ ਸਕੂਲਾਂ 'ਚ ਪੜ੍ਹੇ ਦੋ 'ਚ ਪਹਿਲੇ ਕਿਹੜੇ ਸਕੂਲ 'ਚ ਪਹਿਲੇ ਤਾਜ ਤਾਜਪੁਰ ਨਾਲ ਪਿੰਡ 55 ਦੇ ਨਾਲ ਇੱਕ ਪਿੰਡ ਸੀ ਤਾਜਪੁਰ
ਅੱਛਾ ਉਹ ਹਾਈ ਪੰਜ ਉਸੇ ਪੜੇ ਆ ਪੰਜਵੀਂ ਤੱਕ ਸਕੂਲ ਸੀ ਹਾਂ ਅੱਗੋ ਖਾਲਕੀ ਉੱਥੇ ਮਾਸਟਰ ਕਿਹੜਾ ਸੀ ਉੱਥੇ ਹਰਬਾਸ ਠਾਕਰ ਸੀ ਅੱਛਾ ਠਾਕਰ ਉਸ ਤੋਂ ਬਾਅਦ ਫਿਰ ਅੱਗੇ ਕਿਹੜਾ ਇਸ ਤੋਂ ਬਾਅਦ ਚਲੇ ਗਿਆ ਹਰਿਆਣੇ ਉੱਥੇ ਸੀ ਹਾਈ ਸਕੂਲ ਹਰਿਆਣੇ ਦੇ ਵਿੱਚ ਹਰਿਆਣੇ 'ਚ ਉੱਥੇ ਛੇਵੀਂ 'ਚ ਦਾਖਲ ਹੋਏ ਸਾਂ ਅਤੇ ਫਿਰ ਉਜਾੜੇ ਪੈ ਗਿਆ ਅੱਛਾ ਉੱਥੇ ਸਿੱਖਾਂ ਦੇ ਬਾਲ ਮਿਲੇ ਤੁਹਾਨੂੰ ਸਿੱਖਾਂ ਦੇ ਬਾਲ ਮਿਲੇ ਵਾਕਫ ਨਹੀਂ ਕੋਈ ਵੀ ਮਿਲੇ ਬਹੁਤ ਪਠਾਣਾ ਦਾ ਬਹੁਤਾ ਸੀ ਜ਼ਿਲ੍ਹਾ ਦਾ ਥੋੜਾ ਸੀ ਰਾਈਆਂ ਦੇ ਦੋ ਘਰ ਸੀ ਚਮਿਆਰਾ ਦੇ ਘਰ ਸੀ ਤੁਸੀਂ ਫਿਰ ਮਤਲਬ ਤੁਹਾਡੇ ਪਿੰਡ ਦੇ ਕੋਈ ਹਮਲਾ ਨਹੀਂ ਹੋਇਆ ਨਹੀਂ ਨਹੀਂ ਸਾਡੇ ਪਿੰਡ ਹਮਲਾ ਕੋਈ ਨਹੀਂ ਹੋਇਆ ਸਾਡੇ ਨਾਲ ਦੇ ਪਿੰਡਾਂ 'ਚ ਤਾਂ ਨਹੀਂ ਹਮਲੇ ਹੋਏ ਨਾਲ ਦੇ ਪਿੰਡਾਂ 'ਚ ਹਮਲੇ ਹੋਏ ਤੁਸੀਂ ਦੇਖੇ ਆ ਹਾਂ ਨਹੀਂ ਮੈਂ ਨਹੀਂ ਦੇਖਿਆ ਕੈਂਪ 'ਚ ਦੇਖਿਆ ਕੈਂਪ 'ਚ ਦੇਖਿਆ ਕੋਈ ਮਿਲਿਆ ਬੰਦਾ ਉੱਥੋਂ ਦਾ ਉਹ ਜਿਹੜੇ ਬੱਚੇ ਨਹੀਂ ਆ ਟੀਪੂ ਅਤੇ ਸ਼ਰਾਜ਼ੀ ਹਾਂਜੀ ਉਹਨਾਂ ਦੇ ਨਾਨੇ ਨੂੰ ਉਹਨਾਂ ਦੇ ਮਾਮੇ ਨੂੰ ਉੱਥੇ ਕਤਲ ਕੀਤਾ ਉਸ ਪਿੰਡ ਦੇ ਵਿੱਚ ਨਹੀਂ ਕੈਂਪ 'ਚ ਉਹਨਾਂ ਦਾ ਕਿਹੜਾ ਪਿੰਡ ਸੀ ਕੈਂਪ 'ਚ ਉਹਨੇ ਪਛਵਾਈਆਂ ਦੀ ਵਸੀ ਸੀ ਨਾ ਉਹਨਾਂ ਦੇ ਨਾਲ ਲੇਕਿਨ ਕੈਂਪ 'ਚ ਵੀ ਸਿੱਖ ਆ ਕੇ ਮਾਰਦੇ ਹੁੰਦੇ ਸੀ ਦੇਖੀਆਂ ਇਹਦੀ ਖਾਲਾ ਉਹਨੂੰ ਮਾਰ ਗਿਆ ਸੀ ਉਹ ਉੱਥੇ ਚੁੱਕ ਕੇ ਪਤਾ ਨਹੀਂ ਬੱਕਰੇ ਦੀ ਕੀ ਪਾਈ ਸੀ ਅਤੇ ਉਹ ਬਚ ਗਈ ਇਸੇ ਮੁੰਡੇ ਦੀ ਖਾਲਾ ਫਿਰ 55 ਦੀ ਸੀ ਉਹ ਅੱਛਾ ਟੀਪੂ ਦੀ ਖਾਲਾ ਜਿਹੜਾ ਇਸ ਟਾਈਮ ਇੰਗਲੈਂਡ ਬੈਠਾ ਹਾਂਜੀ ਹਾਂਜੀ ਉਹ ਸਰਾਵਾਂ ਰਹਿੰਦੇ ਆ ਅੱਛਾ ਸਰਾਵਾਂ ਕਿਹੜੇ ਜ਼ਿਲ੍ਹੇ 'ਚ ਆਉਂਦਾ ਫੈਸਲਾਬਾਦ ਦੇ ਵਿੱਚ ਸਹੀ ਹੋ ਗਿਆ ਅੱਛਾ ਤੁਸੀਂ ਫਿਰ ਲਾਹੌਰ ਆ ਗਏ ਲਾਹੌਰ ਆ ਗਏ ਲਾਹੌਰ ਆ ਕੇ ਫਿਰ ਉੱਥੇ ਕੈਂਪ 'ਤੇ ਬੈਠੇ ਕੈਂਪ 'ਚੋਂ ਅੱਗੇ ਕਿੱਦਾਂ ਤੁਰੇ ਹਾਂਜੀ ਲਾਹੌਰ ਕੈਂਪ 'ਚ ਆ ਗਏ ਕੈਂਪ 'ਚੋਂ ਕੁਛ ਕੈਂਪਾਂ ਦੇ ਫਿਰ ਗਰੋਹ ਹੋ ਜਾਂਦੇ ਨਾ ਹਾਂਜੀ ਉਸ ਗਰੋਹ ਦੇ ਵੇਰੇ ਵਾਲ ਸਭ ਇੰਚਾਰਜ ਸੀ ਇੱਕ ਦੇ ਇੰਚਾਰਜ ਸਨ ਉਹਨਾਂ ਤਕਸੀਮ ਰਾਸ਼ਨ ਤਕਸੀਮ ਕਰਦੇ ਹੁੰਦੇ ਸੀ ਅੱਛਾ ਸਹੀ ਉਸ ਵੇਲੇ ਜਨਾਬ ਅਲੀ ਇਹਨਾਂ ਨੇ ਨਾ ਇੱਕ ਸਾਡਾ ਭਰਾ ਆਇਆ ਫੂਫੀ ਦਾ ਪੁੱਤਰ ਯਾਰ ਮੁਹੰਮਦ ਸਹੀ ਆਹ ਮਕਾਨ ਨਹੀਂ ਪੱਕਾ ਕੋਨੇ ਵਾਲਾ ਹਾਂਜੀ ਇਹ ਉਹਦਾ ਹੁੰਦਾ ਸੀ ਸਹੀ ਸਹੀ ਉਹ ਲੈ ਗਏ ਸਮਝੀ ਉੱਥੇ ਜੋ ਫੈਸਲਾਬਾਦ ਕੋਲ 109 ਚੱਕ ਉੱਥੇ ਚਰਨਾਲੀ ਦੇ ਕੋਲ ਪਤਾ ਨਹੀਂ ਕਿਹੜੇ ਪਿੰਡ ਚਲਾ ਗਿਆ ਉੱਥੇ ਸਾਰਾ ਪਿੰਡ ਨਹੀਂ ਗਿਆ ਸਾਡਾ ਘਰ ਹਾਂਜੀ ਉੱਥੇ ਸਾਨੂੰ 5-5 ਕਿੱਲੇ ਜ਼ਮੀਨ ਮਿਲੀ ਉਸ ਪਿੰਡ 'ਚ ਜਗ੍ਹਾ ਮਿਲੀ ਜਿਹੜਾ ਡੰਗਰਾਂ ਦੀ ਕੁੜ ਨਹੀਂ ਹੁੰਦੀ ਹਾਂਜੀ ਰਹਿ ਵਾਸਤੇ ਅੱਛਾ ਉਹ ਮਿਲੀ ਫੈਮਿਲੀ ਨੂੰ ਫਿਰ ਜਨਾਬ ਅਲੀ ਉੱਥੋਂ ਨਾ ਇਹ ਭਰਾ ਆਇਆ ਇਹ ਕਹਿੰਦਾ ਯਾਰ ਮੇਰੀ ਦੁਸ਼ਮਣੀ ਹੋ ਗਈ ਹੈ ਠੇਕੇਦਾਰ ਘਸੀਟੇ ਨਾਲ ਇਹਦੇ ਠੇਕੇਦਾਰ ਹੁੰਦਾ ਘਸੀਟਾ ਬੜਾ ਮਸ਼ਹੂਰ ਹੈ ਸਹੀ ਸਾਡੇ ਵਾਲ ਸਾਹਿਬ ਜਾਣਦੇ ਹੋ ਅਤੇ ਤੁਸੀਂ ਉੱਥੇ ਪਹੁੰਚੋ ਉਹ ਸਾਨੂੰ ਉੱਥੋਂ ਛੱਡ ਕੇ ਅਤੇ ਇਸ ਲੈ ਆਇਆ ਤੰਗ ਨਹੀਂ ਕਰਦਾ ਇਹ ਆਪਸੀ ਦੁਸ਼ਮਣ ਹੋ ਗਏ ਸੀਗੇ ਇੱਕ ਦੂਜੇ ਦੇ ਉਹ ਫਿਰ ਜਨਾਬ ਅਲੀ ਸਾਨੂੰ ਨਾ ਤੁਹਾਡੇ ਮਕਾਨਾਂ ਦੇ ਨਾਲ ਪਟਵਾਰੀ ਰਹਿੰਦਾ ਹੁੰਦਾ ਸੀ ਪਟਵਾਰੀ ਬਦਲ ਗਿਆ ਉਹ ਮਕਾਨ 'ਤੇ ਕਬਜ਼ਾ ਸਾਡਾ ਕਰਾਤਾ ਜਿੱਥੇ ਅਸੀਂ ਹੁਣ ਰਹਿ ਰਹੇ ਹਾਂ ਉੱਥੇ ਅਸੀਂ ਰਹਿੰਦੇ ਸੀ ਉਸ ਤੋਂ ਬਾਅਦ ਭਰਾ ਸਾਡਾ ਮਰ ਗਿਆ ਦੁਸ਼ਮਣੀਆਂ ਉਹਨਾਂ ਦੀਆਂ ਖਤਮ ਹੋ ਗਈਆਂ ਨਹੀਂ ਨਹੀਂ ਉਂਝ ਪਿਸ਼ਾਵਰ ਦਾ ਇੰਸਪੈਕਟਰ ਹੁੰਦਾ ਪੁਲਿਸ 'ਚ ਯਾਰ ਮੁਹੰਮਦ ਖਾਨ ਫਿਰ ਤੁਹਾਨੂੰ ਇੱਥੇ ਉੱਥੋਂ ਪੱਕੇ ਪੱਕੇ ਫਿਰ ਇੱਧਰ ਆ ਗਏ ਉੱਥੋਂ ਫਿਰ ਅਸੀਂ ਪੱਕੇ ਪੱਕੇ ਇੱਥੇ ਆ ਗਏ ਕਿਹੜੇ ਪਿੰਡ 'ਚ ਬੈਠੇ ਆ ਅਸੀਂ ਗਧਾ ਵਾਲੇ ਆਬਦਾਬਾਦ ਕਹਿੰਦੇ ਇਹਨੂੰ ਆਬਦਾਬਾਦ ਆ ਗਿਆ ਪਿੰਡ ਦੀ ਤਰੀਕ ਦਾ ਪਤਾ ਕੋਈ ਇੱਥੇ ਕਿਹੜੇ ਬੰਦੇ ਮਿਲਦੇ ਸਨ ਇੱਥੇ ਬੰਦੇ ਜੀ ਕੋਈ ਤਾਰੀਖ ਦਾ ਸਾਨੂੰ ਕੀ ਪਤਾ ਜੀ ਇੱਥੇ ਦਾ ਨਹੀਂ ਪਤਾ ਇੱਥੇ ਕਿਹੜੇ ਸਨ 'ਚ ਆਏ ਤੁਸੀਂ ਇੱਥੇ ਜੀ ਅਸੀਂ ਆਏ ਹਾਂ 1950
ਇੱਥੇ ਆ ਕੇ ਮਿਲੀ, ਉੱਥੇ ਤਾਂ 5 ਕਿੱਲੇ ਮਿਲੇ ਸੀ ਨਾ ਫੀ ਘਰ ਨੂੰ, ਇੱਥੇ ਸਾਨੂੰ ਆਪਣੀ ਮਾਲਕੀ ਮਿਲੀ, ਆਪਣੀ ਉੱਥੋਂ ਦੀ ਮਾਲਕੀ, ਸਾਰੀ ਮਾਲਕੀ ਮਿਲ ਗਈ। ਤੁਹਾਡੇ ਫਿਰ ਸਾਰੇ ਰਿਸ਼ਤੇਦਾਰ ਇੱਥੇ ਆ ਗਏ ਕਿ ਉੱਥੇ ਬੈਠੇ? ਨਹੀਂ ਨਹੀਂ, ਮੇਰੇ ਜਿਹੜੇ ਰਿਸ਼ਤੇਦਾਰ ਹੈ, ਬੇਰੀਆ ਦਾ ਇੱਕ ਹੈਗਾ, ਹਾਂਜੀ, ਕੁੱਕਲ ਹੈਗਾ ਪਿੰਡ ਸਿਆਲਕੋਟ ਦੇ ਜ਼ਿਲ੍ਹੇ 'ਚ, ਹਾਂਜੀ, ਸਾਡਾ ਚਾਚਾ ਤਾਇਆ ਚਾਚੀ ਉਹ ਚਾਚਾ ਜਿਹੜਾ ਸਾਡੀ ਢੇਰੀ ਦੇ ਵਾਰਸ, ਹਾਂਜੀ, ਉੱਥੇ ਬੈਠਾ। ਅੱਛਾ, ਉੱਥੇ ਬੈਠਾ, ਹਾਂ। ਉਹਦੀ ਜ਼ਮੀਨ ਕੁਛ ਪਈ ਆ, ਵਿਆਹ ਜਾਂ ਨਹੀਂ, ਅੱਛਾ ਅੱਛਾ, ਅਤੇ ਕੁਛ ਉਹਦੇ ਜਵਾਈ ਨੇ ਇਹਦੀ ਲੈ ਲਈ, ਅਤੇ ਇੱਕ ਉਹਦਾ ਭਰਾ ਬੈਠਾ ਫੈਸਲਾਬਾਦ, ਉਹਦੀ ਵੀ ਵਿਆਹ ਜਾਂ ਨਹੀਂ, ਉਹਦੀ ਵੀ ਜ਼ਮੀਨ ਇੰਜੇ ਖਾ ਹੋ ਰਹੀ ਆ। ਤੁਹਾਨੂੰ ਨਹੀਂ ਹਿੱਸਾ ਆਇਆ ਉਹਦਾ? ਹਿੱਸਾ ਸੀ, ਭਰਾ ਗਿਆ 2-3 ਦੋਹਾਂ, ਅਤੇ ਸਾਡੀ ਬਾਦਲ ਨਹੀਂ ਮੰਨੀ, ਕਹਿੰਦੀ ਉਹ ਤੇਰੇ ਨੇ ਖਤਰੇ ਦੇ ਗਏ ਅਤੇ ਨਾ ਲਵੋ। ਹੋਰ ਅਗਰ ਕੋਈ ਸੁਨੇਹਾ ਦੇਣਾ ਚਾਹੋ ਉੱਥੇ ਇੰਡੀਆ ਦੇ ਵਿੱਚ, ਤੁਹਾਨੂੰ ਦੁਨੀਆ ਦੇਖ ਰਹੀ ਹੈ, ਹਾਂਜੀ, ਅਗਰ ਤੁਹਾਡਾ ਉੱਥੋਂ ਦਾ ਕੋਈ ਪਿੰਡ ਦਾ ਵਾਸੀ ਵੇਖਦਾ, ਕੀ ਸੁਨੇਹਾ ਦੇਵੋਗੇ? ਤੁਹਾਨੂੰ ਪਿੰਡ ਵਿਖਾਏ ਕਿ ਤੁਹਾਡੇ ਨਾਲ ਕੋਈ ਗੱਲ ਕਰੇ ਜਾਂ ਕੀ ਕਰੇ? ਭਾਈ ਸਾਡੇ ਨਾਲ ਗੱਲ ਵੀ ਕਰੇ, ਸਾਨੂੰ ਪਿੰਡ ਦਿਖਾ ਦਿਓ ਤੇ ਮਿਹਰਬਾਨੀ ਹੈ ਜੀ। ਪੂਰਾ ਪਿੰਡ ਵੇਖਣਾ ਚਾਹੁੰਦੇ ਹੋ ਕਿ? ਪੂਰਾ ਪਿੰਡ ਦੇਖਣਾ ਚਾਹੁੰਦੇ, ਮਸਜਿਦ ਵੀ ਵੇਖਣਾ ਚਾਹੁੰਦੇ? ਹਾਂਜੀ, ਮਸਜਿਦ ਵੀ, ਮਸਜਿਦ ਵੀ ਦੇਖਣਾ ਚਾਹੁੰਦੇ ਹਾਂ ਜੀ। ਪੱਕੀ ਸੀ ਕਿ ਕੱਚੀ ਸੀ? ਪੱਕੀ, ਪੱਕੀ ਮਸਜਿਦ, ਹਾਂਜੀ। ਸੁਲਤਾਨ ਮੁਹੰਮਦ ਖਾਨ ਦਾ ਘਰ ਮਸ਼ਹੂਰ ਸੀ, ਮਸ਼ਹੂਰ ਸੀ ਸਾਡਾ, ਤਾਜ਼ੀਏ ਕੱਢਦੇ ਹੁੰਦੇ ਸੀ, ਤਾਜ਼ੀਏ ਬਣਾ ਕੇ ਨਾ ਉਹ ਕੱਢਦੇ ਹੁੰਦੇ ਸਨ, ਬੋਰਡ ਦੇ ਕੋਲ ਇੱਕ ਕਮਰਾ ਸੀ ਰਿਜ਼ਰਵ ਰੱਖਿਆ ਇਹਨਾਂ ਚੀਜ਼ਾਂ ਵਾਸਤੇ, ਪੂਰੇ ਪਿੰਡ ਦਾ, ਸਾਡੇ ਮਹੱਲੇ ਸਾਡਾ ਹੀ ਸੀ। ਬਾਕੀ ਸਾਡੇ ਘਰ ਦੇ ਨਾਲ ਇੱਕ ਮਸ਼ਹੂਰ ਘਰ ਸੀ ਕਾਕਾ ਚੋਰ, ਕਾਕਾ ਚੋਰ, ਕਾਕਾ ਚੋਰ ਸਾਡੀ ਬਰਾਦਰੀ ਦਾ ਸੀ, ਬਾਬਾ ਸਗਾ ਕਾਕਾ ਮਰ ਗਿਆ, ਲੇਕਿਨ ਮਸ਼ਹੂਰ ਦੀ ਵਜ੍ਹਾ ਦੱਸਣ ਲੱਗਾ, ਉਹ ਘਰ ਕਾਕੇ ਚੋਰ ਦਾ ਸੀ, ਉਹਨਾਂ ਦੇ ਨਾਮ ਮੁਹੰਮਦ ਖਾਨ, ਜਾਨਾ, ਰਮਜ਼ਾਨ, ਫਜ਼ਲ, ਇਹ ਉਹ ਕਾਕੇ ਚੋਰ ਦੇ ਬੱਚੇ ਸੀ। ਉਹ ਨਾਲ ਆ ਗਏ ਇੱਧਰ ਪਾਕਿਸਤਾਨ? ਹਾਂਜੀ, ਉਹ ਪਾਕਿਸਤਾਨ 'ਚ ਆ ਗਏ, ਇੱਥੇ ਬੈਠੇ ਖਾਨਪੁਰ, ਸਾਰੇ ਖਾਨਪੁਰ ਬੈਠੇ ਆ। ਨਹੀਂ, ਮੈਂ ਪੁੱਛਣਾ ਚਾਹੁੰਦਾ ਕਿ ਤੁਹਾਡਾ ਲੈਂਦੇ ਵਾਲੀ ਸਾਈਡ 'ਤੇ ਸੀ ਕਿ ਵਿਚਕਾਰ ਸੀ ਘਰ ਕੋਈ ਚੜ੍ਹ? ਨਹੀਂ, ਸਾਡਾ ਘਰ ਚੜ੍ਹਦੇ ਪਾਸੇ ਸੀਗਾ, 2-3 ਘਰ ਅੱਗੇ ਸੀ, ਵੈਸੇ ਅਸੀਂ ਚੜ੍ਹਦੇ ਪਾਸੇ ਸੀਗੇ। ਪਿੰਡ ਦੀ ਸੜਕ ਇੱਕ ਹੀ ਆਉਂਦੀ ਸੀ ਕਿ 2-3 ਪਿੰਡ? ਇੱਕੋ ਸੜਕ, ਇੱਕੋ ਸੜਕ। ਕੋਸ਼ਿਸ਼ ਕਰਾਂਗੇ ਜੀ, ਜੇ ਤੁਹਾਡੇ ਪਿੰਡ ਦਾ ਇਨਸ਼ਾਅੱਲਾ ਕੋਈ ਬੰਦਾ, ਇੱਕ ਸੜਕ ਆ ਕੇ ਅਤੇ ਕੁੱਲੀਆਂ ਨਿਕਲ ਜਾਂਦੀ ਗੁਜਰਾਂ ਦੇ ਡੇਰੇ ਵੱਲ ਨੂੰ, ਗੁਜਰਾਂ ਦੇ ਪਿੰਡਾਂ ਨੂੰ। ਅਸੀਂ ਨੰਬਰਦਾਰੀ ਛੱਡਤੀ ਸੀ, ਸ਼ਹਿਬਾਜ਼ ਖਾਨ, ਬਾਜੇ ਖਾਨ, ਬਾਜੇ ਖਾਨ ਨਾਮ ਮਸ਼ਹੂਰ ਸੀ, ਉਹਨੇ ਰਹਿਣ ਕਰ ਲਈ ਸੀ ਪਿੰਡ ਦੇ ਵਿੱਚ ਹੀ, ਰਹਿਣ ਕਰ ਲਈ ਸੀ, ਸ਼ੁਕਰ ਹੈ ਕੁਝ ਬੱਚੀ ਬੱਚਾ ਕੁਝ ਨਹੀਂ ਹੋਇਆ, ਉਹ ਨੰਬਰਦਾਰੀ ਛੱਡਤੀ ਸੀ, ਰਹਿਮਤੁੱਲਾ ਨੇ ਫੜ ਲਈ। ਤੁਹਾਡਾ ਸੀ ਬੰਦਾ ਵੱਡਾ ਵਡੇਰਾ? ਸਾਡਾ ਸ਼ਹਿਬਾਜ਼ ਖਾਨ ਜਿਹੜਾ ਸੀ ਨਾ, ਪੜਦਾਦਾ ਸੀ ਨਾ, ਉਹਨੇ ਰਹਿਣ ਕਰ ਲਈ ਸੀ ਦੂਸਰੀ ਸ਼ਾਦੀ, ਬੱਚੀ ਬੀਚਾ ਕੋਈ ਨਹੀਂ ਸੀ ਹੋਇਆ, ਨੰਬਰਦਾਰ ਮੌਕੇ 'ਤੇ ਜਿਹੜਾ ਸੀ ਨਾ ਹੁਣ, ਉਹ ਰਹਿਮਤ ਖਾਨ ਸੀ ਉਸ ਟਾਈਮ, ਉਜਾੜਿਆ ਵੇਲੇ, ਉਜਾੜਿਆ ਵੇਲੇ। ਠੀਕ ਆ ਬਜ਼ੁਰਗੋ, ਬੜਾ ਅੱਛਾ ਲੱਗਾ ਤੁਹਾਡੇ ਨਾਲ ਗੱਲਬਾਤ, ਮਿਹਰਬਾਨੀ, ਬਹੁਤ ਮਿਹਰਬਾਨੀ। ਇਹ ਉਹਨਾਂ ਨੂੰ ਰਿਕੁਐਸਟ ਕਰਨਾ ਜੀ? ਨਹੀਂ ਜੀ, ਇਨਸ਼ਾਅੱਲਾ ਕੋਸ਼ਿਸ਼ ਪੂਰੀ ਹੋਏਗੀ ਕਿ ਤੁਹਾਡਾ ਪਿੰਡ ਤੁਹਾਨੂੰ ਵਿਖਾਇਆ ਜਾਵੇ, ਪਿੰਡ ਦਿਖਾਏ ਜੀ, ਘਰ ਦਿਖਾ। ਇੱਕ ਵਾਰੀ ਫਿਰ ਆਪਣਾ ਪਿੰਡ, ਜ਼ਿਲ੍ਹਾ, ਤਹਿਸੀਲ ਅਤੇ ਥਾਣਾ ਉਹਦਾ ਦੱਸ ਦਿਓ। ਹਰਿਆਣਾ ਤਹਿਸੀਲ ਆ ਜੀ, ਥਾਣਾ ਵੀ ਹਰਿਆਣਾ। ਹਾਂਜੀ, ਪਿੰਡ ਦਾ ਨਾਮ? ਪਿੰਡ ਨਾਮ ਬਲੀਦਾਦ ਖਾਨ, ਬਲੀਦਾਦ ਖਾਨ, ਹਾਂ, ਬਸੀ ਬਲੀਦਾਦ ਖਾਨ, ਬਸੀ ਬਲੀਦਾਦ ਖਾਨ, ਹਾਂਜੀ, ਬਸੀ ਬਲੀਦਾਦ ਖਾਨ। ਠੀਕ ਹੋ ਗਿਆ ਜੀ, ਇਨਸ਼ਾਅੱਲਾ।